ਜਲਾਲਾਬਾਦ ਦੇ ਪਿੰਡ ਮਹਾਲਮ ਪਹੁੰਚੇ DSP ਨਾਰਕੋਟਿਕਸ ਅਤੁਲ ਸੋਨੀ, ਬੱਚਿਆਂ ਨੂੰ ਵੰਡੀਆਂ ਕ੍ਰਿਕਟ ਦੀਆਂ ਜਾਣਕਾਰੀ ਮੁਤਾਬਕ ਅੱਜ ਸ਼ਨਿਚਰਵਾਰ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ ਦੇ ਪਿੰਡ ਮਹਾਲਮ ਫਾਜ਼ਿਲਕਾ ਤੋਂ DSP ਨਾਰਕੋਟਿਕਸ ਅਤੁਲ ਸੋਨੀ ਪਹੁੰਚੇ। ਦੱਸ ਦਈਏ ਕਿ DSP ਅਤੁਲ ਸੋਨੀ ਵੱਲੋਂ ਉੱਥੇ ਬੱਚਿਆਂ ਨੂੰ ਕ੍ਰਿਕਟ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਜਾਣਕਾਰੀ ਦਿੰਦੇ ਹੋਏ DSP ਅਤੁਲ ਸੋਨੀ ਨੇ ਦੱਸਿਆ ਕਿ ਪਿਛਲੇ ਦਿਨੀ ਜਦ ਉਹ ਇਸ ਪਿੰਡ ਰੇਡ ਕਰਨ ਵਾਸਤੇ ਪਹੁੰਚੇ ਸਨ ਤਾਂ ਉਹਨਾਂ ਤੋਂ ਬੱਚਿਆਂ ਨੇ ਕ੍ਰਿਕਟ ਦੀਆਂ ਕਿੱਟਾਂ ਦੀ ਡਿਮਾਂਡ ਕੀਤੀ ਸੀ, ਜਿਸ ਨੂੰ ਪੂਰਾ ਕਰਦੇ ਹੋਏ ਅੱਜ ਉਹ ਪਿੰਡ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਕ੍ਰਿਕਟ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ। ਦੱਸ ਦਈਏ ਕਿ ਇਸ ਮੌਕੇ ਪਿੰਡ ਦੇ ਸਰਪੰਚ ਅਤੇ ਸਕੂਲ ਦੇ ਹੈੱਡ ਮਾਸਟਰ ਦੇ ਵੱਲੋਂ DSP ਨਾਰਕੋਟਿਕਸ ਅਤੁਲ ਸੋਨੀ ਦਾ ਧੰਨਵਾਦ ਕੀਤਾ ਗਿਆ। ਇੱਥੇ ਮਾਲਮ ਪਿੰਡ ਅਸੀਂ ਆਏ ਗਏ ਹਾਂ, ਸੋ ਪਿਛਲੀ ਵਾਰ ਜਦ ਅਸੀਂ ਆਏ ਸੀਗੇ ਅਤੇ ਛੋਟੇ ਛੋਟੇ ਬੱਚੇ ਸੀਗੇ, ਉਹਨਾਂ ਨੇ ਕਿਹਾ ਸੀ ਵੀ ਸਾਨੂੰ ਕਿੱਟ ਚਾਹੀਦੀ ਹੈਗੀ ਹੈ, ਅਤੇ ਇਹਨਾਂ ਦੇ ਵਿੱਚ ਕਈ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੇ ਪਿੱਛੇ ਮੈਡਲ ਲੈ ਕੇ ਆਏ ਨੇ, ਸਿਲਵਰ ਮੈਡਲ। ਸੋ ਕਈ ਵਾਰੀ ਹੁੰਦਾ ਵੀ ਜੇ ਪੰਜੋਂ ਉਮਰੀਆਂ ਬਰਾਬਰ ਨਹੀਂ ਹੁੰਦੀ ਹੈ, ਉਸ ਹਿਸਾਬ ਨਾਲ ਇਹ ਮਾਲਮ ਪਿੰਡ ਆ, ਜਿਸ ਹਿਸਾਬ ਨਾਲ ਪਹਿਲੇ ਮੈਂ ਆਉਂਦਾ ਸੀਗਾ ਅਤੇ ਇੱਥੇ ਸ਼ਰਾਬ ਦਾ ਬਹੁਤ ਜ਼ਿਆਦਾ ਬੋਲਬਾਲਾ ਸੀਗਾ, ਉਸ ਹਿਸਾਬ ਨਾਲ ਹੌਲੀ 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 ਜਿਸ ਹਿਸਾਬ ਨਾਲ ਇਹਨਾਂ ਨੂੰ ਬੱਚਿਆਂ ਨੂੰ ਸਿਖਾਇਆ, ਬੱਚਿਆਂ ਨੂੰ ਕੋਈ ਮੋਟੀਵੇਟ ਕੀਤਾ, ਅਤੇ ਉਸ ਹਿਸਾਬ ਨਾਲ ਹੌਲੀ 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 ਕਰਕੇ ਤਕਰੀਬਨ ਇੱਥੇ 250 ਜਿਹੜਾ ਬੰਦੇ ਹੈਗੇ ਨੇ ਉਹ ਸਾਰੇ ਗਵਰਨਮੈਂਟ ਸਰਵਿਸ ਹੈਗੇ ਸਾਰੇ, ਅਤੇ ਬੱਚੇ ਤੋਂ ਵੀ ਦੇਖੋਗੇ ਸਾਰੇ ਸਪੋਰਟਸ ਦੇ ਵਿੱਚ ਬੜੇ ਅੱਛੇ ਹੈਗੇ ਆ, ਹੁਣ ਵੀ ਪਿੱਛੇ ਮੈਡਲ ਲੈ ਕੇ ਆਏ ਨੇ। ਸੋ ਇੱਕ ਸਾਡੇ ਵੱਲੋਂ ਉਪਰਾਲਾ ਹੈਗਾ, ਡਿਪਾਰਟਮੈਂਟ ਵੱਲੋਂ ਉਪਰਾਲਾ ਹੈਗਾ, ਪੁਲਿਸ ਡਿਪਾਰਟਮੈਂਟ ਵੱਲੋਂ ਵੀ ਜਿੰਨੇ ਕੁ ਬੱਚੇ ਖੇਡ ਸਕਣ, ਜੋ ਜੋ ਇਹਨਾਂ ਨੂੰ ਚਾਹੀਦੀਆਂ ਕੋਸ਼ਿਸ਼ ਕਰਾਂਗੇ ਵੀ ਇਹਨੂੰ ਸਾਰੀ ਚੀਜ਼ ਅਸੀਂ ਨਾਲ ਟਾਈਮ 'ਤੇ ਦੇਈਏ ਇਹਨਾਂ ਨੂੰ। ਸਾਰੇ ਪ੍ਰੈਸ ਦੇ ਵੀਰਾਂ ਦਾ ਔਰ ਅਸੀਂ ਖਾਸ ਕਰਕੇ ਧੰਨਵਾਦ ਕਰਦੇ ਹਾਂ ਸਾਡੇ DSP ਸ਼੍ਰੀ ਅਤੁਲ ਸੋਨੀ ਜੀ ਦਾ। ਇਹ ਦੇਖੋ ਸਾਡੇ ਸਮਾਜ ਦੇ ਵਿੱਚ ਔਰ ਸਾਡੇ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਹੀ ਗਲਤ ਨਿਗਾਹ ਨਾਲ ਵੇਖਿਆ ਜਾਂਦਾ ਹੈ, ਪਰ ਇਹ ਪੁਲਿਸ ਦਾ ਦੂਜਾ ਰੂਪ ਹੈ। ਜਦੋਂ ਦੇ ਇਹਨਾਂ ਨੇ 2021 ਤੋਂ ਲੈ ਕੇ 2022 ਦੇ ਵਿੱਚ ਜਦੋਂ ਦਾ ਇਹ ਸਾਡੇ ਜਲਾਲਾਬਾਦ ਦੇ ਵਿੱਚ ਜਾਂ ਸਾਡੇ ਡਿਸਟ੍ਰਿਕਟ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ, ਤਦ ਦਾ ਹੀ ਇਹ ਸਮਾਜ ਸੇਵਾ ਦੇ ਲਈ ਸਾਡੇ DSP ਸਾਹਿਬ ਬਹੁਤ ਵਧੀਆ ਉਪਰਾਲਾ ਅਤੇ ਬਹੁਤ ਵਧੀਆ ਕੰਮ ਕਰ ਰਹੇ ਨੇ। ਅਕਸਰ ਹੀ ਪੁਲਿਸ ਸਾਡੇ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ ਜਾਂ ਹੋਰ ਜਿਹੜੀ ਰੇਡ ਕਰਨ ਦੇ ਲਈ ਆਉਂਦੀ ਹੈ। ਇਹ ਪਹਿਲੀ ਵਾਰ ਹੋਇਆ ਕਿ ਸ਼੍ਰੀ ਅਤੁਲ ਸੋਨੀ ਜੀ ਸਾਡੇ ਪਿੰਡ ਦੇ ਵਿੱਚ ਸਾਡੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੇਖਦੇ ਹੋਏ, ਉਹਨਾਂ 'ਤੇ ਵਿਚਾਰ ਕਰਦੇ ਹੋਏ ਅੱਜ ਸਾਡੇ ਬੱਚਿਆਂ ਨੂੰ, ਸਾਡੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਦੇ ਕੇ ਅੱਗੇ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਨ ਦੇ ਲਈ ਆਏ ਨੇ, ਔਰ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਔਰ ਕਾਮਨਾ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਦਾਂ ਹੀ ਕੰਮ ਕਰਦੇ ਰਹਿਣ ਔਰ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਜੀ। ਪਿੰਡ ਤੁਹਾਡੇ ਕਿੱਟਾਂ ਦਿੱਤੀਆਂ ਬੱਚਿਆਂ ਨੂੰ? ਮੈਂ ਧੰਨਵਾਦ ਕਰਦਾ ਸ਼੍ਰੀ ਅਤੁਲ ਸੋਨੀ ਜਿਹੜੇ ਸਾਡੇ ਮਾਨਯੋਗ DSP ਸਾਹਿਬ ਨੇ। ਦੇਖੋ ਜੀ, ਜਦੋਂ ਵੀ ਕਿਸੇ ਕੋਈ ਬੁਰੇ ਬੰਦੇ ਨੂੰ ਠੀਕ ਕਰਨਾ ਹੋਵੇ, ਜੇਕਰ ਆਪਾਂ ਨੂੰ ਬੁਰੇ ਤਰੀਕੇ ਨਾਲ ਵਿਹਾਰ ਕਰਾਂਗੇ ਤਾਂ ਉਹ ਕਦੇ ਵੀ ਨਹੀਂ, ਉਹਦਾ ਸੁਧਾਰ ਨਹੀਂ ਹੋਊਗਾ। ਤਾਂ ਬਹੁਤ ਵਧੀਆ ਕੋਸ਼ਿਸ਼ ਇਹਨਾਂ ਸਾਡੇ ਮਾਨਯੋਗ ਅਤੁਲ ਸੋਨੀ ਜੀ DSP ਸਾਹਿਬ ਦਾ ਕਿ ਇਹਨਾਂ ਲੋਕਾਂ ਦੇ ਵਿੱਚ ਵਿਚਰ ਕੇ, ਮੈਨੂੰ ਹੁਣ ਪਹਿਲਾਂ ਕਈ ਇੱਥੇ ਰੇਡ ਹੋਏ ਆ ਜਾਂ ਕਈ ਇੱਥੇ ਅਫਸਰ ਆਏ ਆ, ਠੀਕ ਹੈ, ਉਹਨਾਂ ਨੇ ਕਿਸੇ ਨੂੰ ਮਾੜਾ ਨਹੀਂ ਕੀਤਾ, ਉਹਨਾਂ ਵੀ ਆਪਦੀ ਡਿਊਟੀ ਨਿਭਾਈ ਹੈ, ਪਰ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਉਹ ਥੋੜ੍ਹਾ ਜਿਹਾ ਵੱਖਰਾ। ਉਹਨਾਂ ਨੂੰ ਇਸ ਕਰਕੇ ਆ ਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਮੈਂ ਇਹਨਾਂ ਲੋਕਾਂ ਦੇ ਵਿੱਚ ਵੜ ਕੇ ਇਹਨਾਂ ਬੱਚਿਆਂ ਨੂੰ ਕੁਝ ਇਹਨਾਂ ਵਾਸਤੇ ਕੁਝ ਐਫਰਟਸ ਕਰਕੇ, ਇਹਨਾਂ ਨਾਲ ਪੋਲਾਈਟਲੀ ਬਿਹੇਵ ਕਰਕੇ ਔਰ ਇਹਨਾਂ ਦੀ ਮੁਸ਼ਕਲਾਂ ਨੂੰ ਮੋਡੀਫਾਈ ਕਰਦਿਆਂ ਵੀ ਉਹ ਜਿਹੜੀਆਂ ਇਸ ਨਸ਼ੇ ਵਾਲੇ ਪਾਸੇ ਉਠਾ ਕੇ ਕਿਸੇ ਚੰਗੇ ਪਾਸੇ ਖੇਡਾਂ ਵਿੱਚ ਪਾ ਕੇ ਇਹ ਬੱਚੇ ਇਸ ਪਿੰਡ ਦੇ ਜਿਹੜੇ ਲੋਕ ਆਪਦਾ ਨਾਮ ਰੋਸ਼ਨ ਕਰਨ, ਅਤੇ ਇਹਨਾਂ ਦਾ ਵੀ ਨਾਮ ਬੜਾ ਵਧੀਆ ਚੰਗੇ ਪਾਸੇ ਆਏਗਾ। ਉਹ ਕਹਿੰਦੇ ਵੀ ਜੋ ਕਈ ਵਾਰੀ ਕਿਸੇ ਘਰ ਅੱਗ ਲੱਗੀ ਸੀ
ਤਾਂ ਚਿੜੀ ਕਹਿੰਦੇ ਨੇ ਉਹ ਵਾਰ ਵਾਰ ਜਾ ਕੇ ਵਿੱਚੋਂ ਜਿਹੜਾ ਪਾਣੀ ਸੁੱਟਦੀ ਸੀ ਅਤੇ ਕਿਸੇ ਨੂੰ ਕਿਹਾ ਵੀ ਤੂੰ ਤੇਰੀ ਅੱਗ ਬੁਝਾਉਣ ਨਾਲ ਕਿਤੇ ਅੱਗ ਬੁਝੇਗੀ, ਤਾਂ ਉਹਦਾ ਇਹ ਕਹਿੰਦੇ ਸੀ ਕੋਸ਼ਿਸ਼ ਕਹਿੰਦੀ ਵੀ ਮੇਰਾ ਨਾਂ ਉਹਨਾਂ ਅੱਗ ਬੁਝਾਉਣ ਵਿੱਚ ਆਊਗਾ ਨਾ ਕਿ ਅੱਗ ਲਾਉਣ ਵਿੱਚ, ਅਤੇ ਮੈਂ ਇਹੀ ਕੋਸ਼ਿਸ਼ ਕਰਾਂਗਾ ਜਿਹੜਾ ਸਾਡੇ ਡੀ ਐਸ ਪੀ ਸਾਹਿਬ ਦੀ ਕੋਸ਼ਿਸ਼ ਹੈ, ਇਹ ਉਹ ਚਿੜੀ ਵਾਂਗ ਮੈਂ ਨਹੀਂ ਇਹਨਾਂ ਨੂੰ ਚਿੜੀ ਤਾਂ ਨਹੀਂ ਕਹਾਂਗਾ, ਪਰ ਇਹਨਾਂ ਦਾ ਬਹੁਤ ਬੰਦੇ ਵੀ ਇਹਨਾਂ ਦੀ ਬਹੁਤ ਵੱਡਾ ਯੋਗਦਾਨ ਹੋਏਗਾ ਇਸ ਪਿੰਡ ਨੂੰ ਉੱਪਰ ਚੰਕਣ ਦੇ, ਇਸ ਨੌਜਵਾਨ ਜਿਹੜੀ ਜਵਾਨੀ ਨੂੰ ਜਿਹੜੇ ਨਸ਼ਿਆਂ ਤੋਂ ਪਾਸੇ ਕਰਕੇ ਚੰਗੇ ਪਾਸੇ ਲਾਉਣ ਦੀ। ਸੋ ਮੈਂ ਇੱਕ ਵਾਰੀ ਫਿਰ ਹਾਂਜੀ ਕੀ ਮੰਨਦੇ ਹੋ ਬੱਚੇ ਜਿਹੜੇ ਹੈਗੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹਾਈ ਨਾਲ ਖੇਡਾਂ ਨਾਲ ਜੁੜਨ ਉਹਦੇ ਮਹੱਤਵ ਦੇ ਨਾਲ ਜਿਹੜਾ ਇਹ ਬਹੁਤ ਜ਼ਰੂਰੀ ਹੈ ਇਹੋ ਜਿਹੇ ਉਪਰਾਲੇ? ਦੇਖੋ ਜੀ ਜਿਹੜੀਆਂ ਖੇਡਾਂ ਆ ਇਹ ਬੰਦੇ ਦਾ ਸਰੀਰਕ ਵਿਕਾਸ ਕਰਦੀਆਂ, ਸਰਵਪੱਖੀ ਵਿਕਾਸ ਕਰਦੀਆਂ, ਇਹਦੇ ਵਿੱਚ ਬੰਦਾ ਰਲ ਕੇ ਰਹਿਣਾ ਸਿੱਖਦਾ, ਇਹਦੇ ਵਿੱਚ ਆਪਣੀ ਦੁਸ਼ਮਣੀ ਵੈਰ ਵਿਰੋਧ ਮਿਟਦਾ, ਇਹਦੇ ਵਿੱਚ ਬੰਦਾ ਬੱਚਾ ਨਸ਼ਾ ਤੋਂ ਦੂਰ ਰਹਿੰਦਾ, ਵਿਹਲਾ ਮਨ ਸ਼ੈਤਾਨ ਦਾ ਘਰ। ਜੇ ਬੱਚਾ ਪੜ੍ਹਨ ਦੇ ਨਾਲ ਨਾਲ ਖੇਡਾਂ ਖੇਡੂਗਾ ਤਾਂ ਨੈਚੁਰਲੀ ਆਟੋਮੈਟਿਕਲੀ ਉਹ ਚੰਗੇ ਪਾਸੇ ਜੁੜੇਗਾ ਹੀ, ਕਿਉਂਕਿ ਉਹਦੇ ਵਿੱਚ ਕਈ ਜਿਹੜੀਆਂ ਵਿਹਲੇ ਪੜ੍ਹਨ ਨਾਲ ਖਰਾਬ ਕੁਰੀਤੀਆਂ ਆਉਂਦੀਆਂ ਉਹ ਦੂਰ ਹੋਣਗੀਆਂ ਜੀ। ਠੀਕ, ਥੈਂਕ ਯੂ।